फिकर दे विच परिवार डुबिया होया है। 15 दिसंबर नूं गुरशमन दा जन्म दिन सी और सवेरे वेले परिवार दे नाल दा सी कि वीडियो कॉल ते गल भी होई है। ब्रिटेन दी लोकरो यूनिवर्सिटी दे विच गुरशमन पढ़दा और आखिरी बार पूर्वी लंडन दे कैलवरी वार्ड दे विच वाफ दे विच वेख्या गया सी। और बीजेपी नेता मनजिंदर सिरसा ने विदेश मंत्री नूं मदद दी अपील भी कीती है। सिरसा ने विद्यार्थी दा रिहायशी परमिट, कॉलेज दी आईडी सोशल मीडिया ते शेयर कीती है। तां सिरसा ने यूनिवर्सिटी ते भारत दे हाई कमिशन नूं भी अपील कीती है कि जल्द तों जल्द गुरशमन सिंह भाटिया नूं तलाशिया जावे, लभिया जावे। परिवार जो है वह फिक्र दे विच है, सुभाविक तौर ते होएगा क्योंकि हुण लगभग 3 दिन हो चुके ने और पता अजे नहीं लग सकता। लास्ट टाइम साड़ी गल हुई सी 15 दिसंबर की, तो वो लास्ट गल साड़ी उसका बर्थडे सेगा उस दिन हुई सी। तो उस तो बाद मिसिंग है, कोई पता नहीं लगता गा, कुछ नहीं है। ਉੱਥੇ ਕਿਹੜੀ ਜਗ੍ਹਾ ਰਹਿੰਦੇ ਸੀਗੇ? ਉਹ ਈਸਟ ਲੰਡਨ ਚ ਰਹਿੰਦਾ ਪਿਆ ਸੀ। ਤੇ ਉੱਥੇ ਕੋਈ ਰਿਲੇਟਿਵਸ ਦੇ ਨਾਲ ਸੀ ਜਾਂ ਕਾਲਜ ਫਲੈਟਮੇਟ ਸੀਗਾ ਉਹਦਾ ਇੱਕ ਨਾਲ, ਸਿਧਾਰਥ ਨਾਮ ਹੈ ਉਹਦਾ, ਉਹ ਫਲੈਟਮੇਟ ਨਾਲ ਸੀਗਾ। ਠੀਕ। ਜੀ ਐਸ ਭਾਟੀਆ ਜੋ ਕਿ ਭਾਰਤੀ ਮੂਲ ਦਾ ਇੱਕ ਸਟੂਡੈਂਟ ਆ, ਇੰਗਲੈਂਡ ਅੰਦਰ ਪੜ੍ਹਨ ਵਾਸਤੇ ਗਿਆ ਪੋਸਟ ਗ੍ਰੈਜੂਏਸ਼ਨ ਕਰਨ ਵਾਸਤੇ, ਔਰ ਲਵਗਰੋ ਯੂਨੀਵਰਸਿਟੀ 'ਚ ਪੜ੍ਹ ਰਿਹਾ ਸੀਗਾ। ਉੱਥੇ 15 ਤਰੀਕ ਤੋਂ ਲਾਪਤਾ ਹੈ, ਕਨੈਰੀ ਰੈਫਨਦਾਰ ਉਹਨੂੰ ਲਾਸਟ ਦੇਖਿਆ ਗਿਆ। ਇਹ ਉਹ ਜਗ੍ਹਾ ਹੈ ਈਸਟ ਲੰਡਨ ਦੀ ਜਿੱਥੇ ਪਿਛਲੇ ਦਿਨਾਂ ਦੇ ਅੰਦਰ ਇੱਕ ਸਟੂਡੈਂਟ ਦੀ ਬੋਡੀ ਮਿਲੀ, ਅਮਿਤ ਕੁਮਾਰ ਦੀ। ਪਰਿਵਾਰ ਬੜਾ ਚਿੰਤਿਤ ਆ, ਰਿਸ਼ਤੇਦਾਰ ਬਹੁਤ ਚਿੰਤਿਤ ਨੇ। ਲਵਗਰੋ ਯੂਨੀਵਰਸਿਟੀ ਨੂੰ ਵੀ ਕਿਹਾ ਗਿਆ, ਉਹਨਾਂ ਨੇ ਵੀ ਕੋਈ ਭਾਲ ਨਹੀਂ ਕੀਤੀ। ਉੱਥੋਂ ਦੀ ਮੈਟਰੋਪੋਲੀਅਨ ਪੁਲਿਸ ਨੇ ਵੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ, ਜਦੋਂ ਕਿ ਸਾਰੇ ਜਾਣਦੇ ਨੇ ਕਿ ਲੰਡਨ ਜਿਹੜਾ ਹੈ ਉਹ CCTV ਕੈਮਰਿਆਂ ਦਾ ਸਭ ਤੋਂ ਵੱਡਾ ਜੰਜਾਲ ਆ। ਸਭ ਤੋਂ ਵੱਡਾ ਅਗਰ ਕਿਤੇ CCTV ਕੈਮਰਾ ਨੈਟਵਰਕ ਆ ਤਾਂ ਉਹ ਲੰਡਨ ਦੇ ਅੰਦਰ ਆ। ਇਹਦੇ ਬਾਵਜੂਦ ਭਾਟੀਆ ਜੀ ਦੀ ਕੋਈ ਜਾਣਕਾਰੀ, ਇਸ ਨੌਜਵਾਨ ਦੋਸਤ ਦੀ ਕੋਈ ਜਾਣਕਾਰੀ ਨਹੀਂ ਮਿਲ ਰਹੀ। ਸੋ ਮੈਂ ਵਿਦੇਸ਼ ਮੰਤਰਾਲਿਆਂ ਨੂੰ ਵੀ ਕਿਹਾ ਸੀ, ਮੈਂ ਉੱਥੋਂ ਦੇ ਹਾਈ ਕਮਿਸ਼ਨ ਨਾਲ ਵੀ ਗੱਲ ਕੀਤੀ। ਮੈਂ ਫਿਰ ਤੋਂ ਵਿਦੇਸ਼ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਹਦੇ ਅੰਦਰ ਇੰਟਰਵੀਨ ਕਰਨ ਔਰ ਇਸ ਬੱਚੇ ਨੂੰ ਸੁਰੱਖਿਅਤ ਲੱਭਿਆ ਜਾ ਸਕੇ, ਇਹਦੇ ਮਾਂ ਬਾਪ ਤੱਕ ਇਹਨੂੰ ਪਹੁੰਚਾਇਆ ਜਾ ਸਕੇ। ਉੱਥੇ